ਅੱਜ ਮੈਂ ਤੇ ਸੀਪੀ ਸਾਹਿਬ ਨੇ ਅਸੀਂ ਸ਼ਹਿਰ ਦਾ ਇੱਥੇ ਦੌਰਾ ਕੀਤਾ ਹੈਗਾ ਔਰ ਇਸ ਤੋਂ ਪਹਿਲਾਂ ਬੜੀ ਸਾਡੀ ਡਿਟੇਲਡ ਵੀਡੀਓ ਕਾਨਫਰੰਸਿੰਗ ਗਵਰਨਮੈਂਟ ਦੇ ਸੀਨੀਅਰ ਫੰਕਸ਼ਨਰੀਜ਼ ਦੇ ਨਾਲ ਹੋਈ ਹੈ। ਗਵਰਨਮੈਂਟ ਦੇ ਵਿੱਚ ਵੀ ਵਿਚਾਰਧਾਰਾ ਇਹੀ ਹੈ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਹੌਲੀ ਹੌਲੀ ਅਸੀਂ ਜਿਹੜੀ ਨੋਰਮਲ ਪੱਧਰ ਵੱਲ ਨੂੰ ਲੈ ਕੇ ਆਈਏ, ਬਟ ਉਹਦੇ 'ਚ ਨੋਰਮਲ ਪੱਧਰ 'ਚ ਲਿਆਉਣ ਲਈ ਮੈਂ ਵਾਰ ਵਾਰ ਇਹ ਗੱਲ ਰਿਪੀਟ ਤਾਂ ਕਰਦਾ ਹੈਗਾ ਵੀ ਆਪਾਂ ਸਾਰੇ ਇਸ ਗੱਲ ਨੂੰ ਸਮਝ ਲਈਏ ਕਿ ਕੋਵਿਡ ਜਿਹੜੀ ਇੱਕ ਨਵੀਂ ਸੱਚਾਈ ਹੈਗੀ ਹੈ, ਇਹਦੇ ਨਾਲ ਕਿੱਦਾਂ ਆਪਾਂ ਰਹਿਣਾ ਹੈ, ਕਿੱਦਾਂ ਜਿਉਣਾ ਹੈ, ਇਹ ਸਾਰਾ ਆਪਾਂ ਨੂੰ ਸਿੱਖਣਾ ਪੈਣਾ, ਬੱਚਿਆਂ ਨੂੰ ਟ੍ਰੇਨ ਕਰਨਾ ਪੈਣਾ, ਖੁਦ ਟ੍ਰੇਨ ਹੋਣਾ ਪੈਣਾ। ਔਰ ਇੱਕ ਕੁਦਰਤ ਵੱਲੋਂ ਇਹ ਹੈ ਕਿ ਵੀ ਐਸੇ ਸਮੇਂ 'ਤੇ ਆਇਆ, ਅੱਜ ਕੱਲ੍ਹ ਸਿਖਰ ਦੁਪਹਿਰਾ ਹੁੰਦਾ ਹੈਗਾ ਗਰਮੀ ਦਾ, ਔਰ ਗਰਮੀ ਦੇ ਦਿਨਾਂ 'ਚ ਵੈਸੇ ਵੀ ਜੂਨ ਮਹੀਨਾ ਜਿਹੜਾ ਹੈਗਾ ਛੁੱਟੀਆਂ ਦਾ ਹੀ ਆਉਂਦਾ ਬੱਚਿਆਂ ਦਾ ਤਾਂ ਖਾਸ ਕਰ, ਔਰ ਤਪਦੀ ਦੁਪਹਿਰੀ 'ਚ ਵੈਸੇ ਵੀ ਬੱਚੇ ਘੱਟ ਹੀ ਨਿਕਲਦੇ ਆ। ਔਰ ਮੇਰੀ ਇਹੀ ਤੁਹਾਨੂੰ ਬੇਨਤੀ ਹੈ ਕਿ ਖਾਸ ਕਰ ਆਪਾਂ ਬੱਚਿਆਂ ਨੂੰ, ਨੌਜਵਾਨਾਂ ਨੂੰ, ਜਿਵੇਂ ਅਸੀਂ ਕੱਲ੍ਹ ਕੁਝ ਛੋਟਾਂ ਦਿੱਤੀਆਂ ਸੀਗੀਆਂ, ਅੱਜ ਦੀ ਸਾਡੇ ਕੋਲ ਜੋ ਫੀਡਬੈਕ ਆਈ ਹੈ ਕਿ ਜਿਹੜੀਆਂ ਦੁਕਾਨਾਂ ਅਸੀਂ ਖੋਲ੍ਹਣ ਦਾ ਵੀ ਨਿਰਣਾ ਲਿਆ ਸੀ, ਦੁਕਾਨਦਾਰਾਂ ਨੇ ਖੁਦ ਇਸ ਗੱਲ ਦਾ ਮਤਾ ਪਾਇਆ ਕਿ ਵੀ ਜਿੱਥੇ ਜ਼ਿਆਦਾ ਸੰਘਣੀਆਂ ਦੁਕਾਨਾਂ ਨੇ ਉਹ ਆਪ ਔਡ ਈਵਨ 'ਤੇ ਮੰਨ ਗਏ ਨੇ ਕਿ ਆਪਦੀ ਵਲੰਟੀਅਰਲੀ, ਕਿਉਂਕਿ ਜੋ ਇੱਕ ਚੀਜ਼ ਵਿਕਣੀ ਹੈ ਜੇ ਇੱਕ ਦਿਨ ਬੰਦ ਹੋ ਜੂਗੀ ਔਡ ਵਾਲੀਆਂ, ਈਵਨ ਵਾਲੀਆਂ ਖੁੱਲ੍ਹ ਜਾਣਗੀਆਂ, ਜਿਹੜਾ ਗਾਹਕ ਹੈ ਉਹ ਅਗਲੇ ਦਿਨ ਤੁਹਾਡੇ ਕੋਲ ਆ ਜੂਗਾ, ਕਿਉਂਕਿ ਜਿਹੜੀ ਆਪਣੀ ਸਿਹਤ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਬਹੁਤ ਸਾਰੇ ਗ੍ਰਾਹਕ ਆਉਂਦੇ ਨੇ, ਆਪਾਂ ਨੂੰ ਸਾਰਾ ਪਤਾ ਨਹੀਂ ਵੀ ਕੌਣ ਬੰਦਾ ਕਿੱਥੋਂ ਕਿਹਨੂੰ ਮਿਲ ਕੇ ਆਇਆ ਹੈਗਾ, ਉਹ ਹੋ ਸਕਦਾ ਕਿ ਥੋੜ੍ਹੀ ਤੁਹਾਡੇ ਤੋਂ ਛੋਟੀ ਮੋਟੀ ਚੀਜ਼ ਕੋਈ ਖਰੀਦ ਕੇ ਲੈ ਕੇ ਜਾਵੇ, ਪਰ ਨਾਲੋਂ ਨਾਲ ਜਾਂਦਾ ਇਹ ਕਰੋਨਾ ਨਾ ਤੁਹਾਨੂੰ ਦੇ ਜਾਵੇ। ਪਹਿਲਾਂ ਇਹ ਗੱਲ ਮੈਂ ਕਮਿਸਟ ਵੀਰਾਂ ਨੂੰ ਸਮਝਾਈ ਸੀਗੀ, ਉਹਨਾਂ ਨੇ ਬੜਾ ਇਸ ਗੱਲ ਨੂੰ, ਖੈਰ ਮੈਂ ਕਹਿੰਦਾ ਵੀ ਬੜੀ ਉਹਨਾਂ ਨੇ ਪੱਲੇ ਬੰਨੀ ਇਸ ਗੱਲ ਨੂੰ, ਔਰ ਕਮਿਸਟ ਐਸੋਸੀਏਸ਼ਨ ਨੇ ਬਾਹਰ ਗੋਲੇ ਵੀ ਲਾਏ ਔਰ ਕਿਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਪ੍ਰੋਪਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਰਹੇ ਆ। ਔਰ ਤੁਸੀਂ ਸ਼ਹਿਰ ਵਾਲੇ ਇਸ ਗੱਲ ਨੂੰ ਖੁਦ ਦੇਖ ਵੀ ਰਹੇ ਹੋ, ਕਿਉਂਕਿ ਤੁਸੀਂ ਉੱਥੋਂ ਦਵਾਈ ਵਗੈਰਾ ਲੈਂਦੇ ਹੋ, ਅਤੇ ਹੁਣ ਇਹ ਤੁਹਾਡੀ ਵਾਰੀ ਹੈ। ਜਿਹੜੀਆਂ ਇਹ ਦੁਕਾਨਾਂ ਕੱਲ੍ਹ ਆਪਾਂ ਖੋਲ੍ਹੀਆਂ ਨੇ, ਗਰੋਸਰੀ ਵਾਲੇ ਜਿਹੜੇ ਪਰਚੂਨੀ ਵਾਲੇ ਆਪਾਂ ਖੋਲ੍ਹੀਆਂ ਨੇ ਦੁਕਾਨਾਂ, ਦੁੱਧ ਵਾਲੀਆਂ ਡੇਅਰੀਆਂ ਖੋਲ੍ਹੀਆਂ ਨੇ, ਉਸ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਨੇ, ਖਲ ਦੀਆਂ, ਫੀਡ ਦੀਆਂ, ਇਹ ਦੁਕਾਨਾਂ ਜਿਹੜੀਆਂ ਖੁੱਲ੍ਹੀਆਂ ਨੇ, ਹੁਣ ਇਹ ਦੁਕਾਨਦਾਰਾਂ ਦੀ ਇਹ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਦੇ ਹੋਏ ਇਹ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਜਾਂ ਜੋ ਵੀ ਇਹਨਾਂ ਨੇ ਇਲੈਕਟ੍ਰੀਕਲ ਵਾਲਿਆਂ ਨੇ ਜਿੱਦਾਂ ਵੀ ਕਰਨਾ, ਉਹ ਪ੍ਰੋਪਰ ਅਗਰ ਇਹ ਉਦਾਹਰਣ ਪੇਸ਼ ਕਰਨਗੇ ਤਾਂ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਗਵਰਨਮੈਂਟ ਹੋਰ ਵੀ ਕੋਈ ਛੋਟਾਂ ਦੇਣ ਵਾਲੇ ਵਿਚਾਰ ਕਰੇ, ਕਿਉਂਕਿ ਕੋਈ ਗਵਰਨਮੈਂਟ ਇਹ ਨਹੀਂ ਚਾਹੁੰਦੀ ਕਿ ਲੋਕਾਂ ਦਾ ਜਿਹੜਾ ਅਰਥਚਾਰੇ ਦਾ ਚੱਕਾ ਰੁਕੇ। ਤੁਹਾਡੇ ਜਿਹੜੇ ਅਰਥਚਾਰੇ ਦਾ ਚੱਕਾ ਘੁੰਮਦਾ ਉਹਦੇ ਨਾਲ ਹੀ ਜਿਹੜਾ ਹੈਗਾ ਪੂਰਾ ਸਿਸਟਮ ਤਾਣਾ ਮਾਣਾ ਟੈਕਸਾਂ ਦਾ ਚੱਲਦਾ, ਉਹਦੇ ਨਾਲ ਹੀ ਸਰਕਾਰਾਂ ਚੱਲਦੀਆਂ ਹੈਗੀਆਂ ਨੇ। ਗਵਰਨਮੈਂਟ ਇਜ਼ ਵੈਰੀ ਸੈਂਸਿਟਿਵ, ਸੀਐਮ ਸਾਹਿਬ ਨੇ ਵੀ ਜਿਹੜੀਆਂ ਵੀ ਤੁਹਾਡੇ ਮਸਲੇ ਹੈਗੇ ਨੇ ਇਹ ਉੱਪਰ ਚੁੱਕੇ ਨੇ, ਤੁਸੀਂ ਸਾਰੇ ਮੀਡੀਆ 'ਚ ਅੱਜ ਕੱਲ੍ਹ ਦੇਖਦੇ ਹੋ, ਉਸ ਗੱਲ 'ਤੇ ਮੈਨੂੰ ਜ਼ਿਆਦਾ ਕੋਈ ਕਮੈਂਟ ਕਰਨ ਦੀ ਲੋੜ ਨਹੀਂ, ਬਟ ਉਹਨਾਂ ਦੀ ਵੀ ਇੱਛਾ ਇਹੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਰਿਲੀਫ ਮਿਲੇ। ਬਟ ਰਿਲੀਫ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਵੀ ਆਪਾਂ ਫ੍ਰੀ ਫੋਰ ਆਲ ਕਰ ਦਈਏ। ਆਪਾਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀਗੀ, ਆਪਾਂ ਇਸ ਤਰ੍ਹਾਂ ਇਹਨੂੰ ਚਲਾਉਣਾ ਔਰ ਇੰਨੀ ਸੰਜੀਦਗੀ ਨਾਲ, ਇੰਨੀ ਬਿਹਤਰੀ ਤਰੀਕੇ ਨਾਲ ਚਲਾਉਣਾ ਕਿ ਜਿਹੜਾ ਪੰਜਾਬ ਹੈ ਉਹ ਇੱਕ ਨਜ਼ੀਰ, ਇੱਕ ਉਦਾਹਰਣ ਬਣ ਕੇ ਉੱਭਰੇ ਪੂਰੇ ਹਿੰਦੁਸਤਾਨ ਦੇ ਲਈ ਕਿ ਦੇਖੋ ਜੀ, ਛੋਟ ਦੇਣ ਦੇ ਬਾਵਜੂਦ ਲੋਕ ਸੈਲਫ ਡਿਸਿਪਲਿਨ 'ਚ ਰਹਿ ਕੇ ਆਪਦਾ ਕੰਮ ਕਰ ਰਹੇ ਆ। ਮੈਨੂੰ ਯਾਦ ਹੈ ਮੈਂ ਇੱਕ ਦਿਨ ਪਹਿਲਾਂ ਵੀ ਰੈਫਰ ਕੀਤਾ ਸੀ ਕਿ ਬਹੁਤ ਵਾਰ ਲੋਕਾਂ ਨੇ ਮੈਨੂੰ ਫੋਟੋਆਂ ਭੇਜੀਆਂ ਕਿ ਦੇਖੋ ਜੀ, ਮਿਜ਼ੋਰਮ 'ਚ ਲੋਕ ਸਬਜ਼ੀ ਇੱਦਾਂ ਖਰੀਦਦੇ ਆ। ਇੱਕ ਕਿਸੇ ਨੇ ਕੋਈ ਹੋਰ ਛੋਟੇ ਰਾਜ ਦੀ, ਸ਼ਾਇਦ ਮਣੀਪੁਰ ਦੀ, ਇੱਕ ਫੋਟੋ ਭੇਜੀ ਸੀਗੀ ਕਿ ਵੀ ਜਿਹੜਾ ਰਾਸ਼ਨ ਹੈ ਉਹ ਪਿਆ, ਲਾਈਨ ਲੱਗੀ ਹੈ, ਲੋਕਾਂ ਦੀ ਚੱਕੀ ਜਾਂਦੇ ਆ। ਔਰ ਆਪਣੇ ਕਿੱਦਾਂ ਦੀ ਉਦਾਹਰਣ ਹੁੰਦੀ ਹੈ, ਹੁਣ ਮੈਂ ਉਸ 'ਤੇ ਕੁਛ ਬਹੁਤਾ ਕਹਿਣਾ ਨਹੀਂ ਚਾਹੁੰਦਾ, ਤੁਸੀਂ ਆਪ ਸਿਆਣੇ ਹੈਗੇ ਹੋ, ਪਰ ਮੈਂ ਇਹ ਚਾਹੁੰਦਾ ਕਿ ਵੀ ਫਿਊ ਮੰਥਸ ਡਾਊਨ ਦਾ ਲਾਈਨ ਲੋਕ ਇਹ ਗੱਲਾਂ ਕਰਨ, ਜਿਵੇਂ ਹੁਣ ਪਿੱਛੇ ਜੇ ਕੋਰੀਆ ਦੀਆਂ, ਜਪਾਨ ਦੀਆਂ ਫੋਟੋਜ਼ ਆਈਆਂ ਨੇ ਕਿ ਵੀ ਜਿਹੜੇ ਮੌਲਸ ਜਾਂ ਸਟੋਰ ਵੱਡੇ ਗਰੋਸਰੀਜ਼ ਦੇ ਖੁੱਲ੍ਹੇ ਨੇ, ਕੱਲ੍ਹ ਆਪਾਂ ਵੀ ਇੱਥੇ ਖੋਲ੍ਹਤੇ, ਤੁਹਾਡੇ ਜਿਹੜੇ ਵੱਡੇ ਸਟੋਰ ਨੇ ਉਹ ਖੁੱਲ੍ਹਣਗੇ, ਛੋਟੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ, ਵੀ ਪੰਜਾਬ ਦੀਆਂ ਐਸੀਆਂ ਫੋਟੋਜ਼ ਵਾਇਰਲ ਹੋਣ ਕਿ ਪ੍ਰੋਪਰ ਵੱਡੇ ਸਟੋਰ ਦੇ ਬਾਹਰ ਵੀ ਲੋਕ, ਜਿਵੇਂ ਬੰਗਲੌਰ ਵਗੈਰਾ ਦੀਆਂ ਫੋਟੋਆਂ ਆਈਆਂ ਸੀ, ਵੀ ਇੱਦਾਂ ਲਾਈਨ 'ਚ ਲੱਗੇ ਹੋਣ। ਤੁਸੀਂ ਸਵੈ ਡਿਸਿਪਲਿਨ ਰੱਖਣਾ, ਹਰ ਬੰਦੇ ਮਗਰ ਕੋਈ ਡੰਡਾ ਲੈ ਕੇ ਨਹੀਂ ਜਾਣ ਵਾਲਾ, ਨਾ ਹੀ ਇਹ ਕਦੇ ਸੰਭਵ ਹੁੰਦਾ। ਹੁਣ ਜਿਹੜੀਆਂ ਅਸੀਂ ਇਹ ਛੋਟਾਂ ਦੇਤੀਆਂ, ਇਹਨੂੰ ਕਿੱਦਾਂ ਆਪਾਂ ਜ਼ਿੰਮੇਵਾਰੀ ਨਾਲ ਚਲਾਉਣਾ, ਇਹ ਤੁਹਾਡੇ ਹਵਾਲੇ ਆ, ਕਿਵੇਂ ਤੁਸੀਂ ਆਪਦੇ ਆਪ ਨੂੰ ਬਚਾ ਕੇ ਰੱਖਣਾ। ਇੱਕ ਮੇਰੀ ਬੇਨਤੀ ਹੈ ਕਿ ਜਦੋਂ ਇਹ ਛੋਟਾਂ ਹੋ ਗਈਆਂ, ਕਈ ਲੋਕ ਇਹ ਸਵਾਲ ਪੁੱਛਦੇ ਨੇ ਵੀ ਜਿਹੜਾ ਜੀ ਏਸੀ ਠੀਕ ਕਰਾਉਣਾ, ਉਹਦੀ ਰਿਪੇਅਰ ਕਰਾਉਣੀ ਹੈਗੀ ਹੈ, ਕੋਈ ਕਿਸੇ ਦਾ ਕੋਈ ਪੱਖਾ ਖਰਾਬ ਹੋ ਗਿਆ, ਇੰਨਾ ਗਰਮੀ ਦਾ ਮੌਸਮ ਹੈ, ਜਿਹੜੇ ਸਾਡੇ ਮਿਹਨਤੀ ਵੀਰ ਨੇ ਘਰੇ ਘਰੇ ਜਾ ਕੇ ਇਹ ਚੀਜ਼ ਠੀਕ ਕਰਦੇ ਨੇ, ਉਹਨਾਂ ਨੂੰ ਆਗਿਆ ਹੈਗੀ ਹੈ, ਉਹਨਾਂ ਨੂੰ ਕੋਈ ਪਾਸ ਲੈਣ ਦੀ ਲੋੜ ਨਹੀਂ। ਜਿਵੇਂ ਅਸੀਂ ਪਹਿਲਾਂ ਦੋਧੀਆਂ ਲਈ ਕਿਹਾ ਸੀ, ਮੈਂ ਅਤੇ ਸੀ ਪੀ ਸਾਹਿਬ ਅੱਜ ਇਕੱਠੇ ਹੀ ਖੜ੍ਹੇ ਹਾਂ, ਅੱਜ ਅਸੀਂ ਇੱਥੋਂ ਹੀ ਅਨਾਊਂਸ ਕਰਦੇ ਹਾਂ ਵੀ ਜੇ ਕੋਈ ਬੰਦਾ ਕਹੂਗਾ ਮੈਂ ਏਸੀ ਠੀਕ ਕਰਨ ਜਾ ਰਿਹਾ, ਅਸੀਂ ਇਮਾਨਦਾਰੀ ਨਾਲ ਉਹਦੀ ਗੱਲ ਨੂੰ ਮੰਨਾਂਗੇ।
ਅਸੀਂ ਇਹ ਨਹੀਂ ਮੰਨਾਂਗੇ ਕਿ ਵੀ ਬੰਦਾ ਝੂਠ ਬੋਲ ਰਿਹਾ। ਜੇ ਉਹਦੇ ਹੱਥ 'ਚ ਥੇਲਾ ਹੈਗਾ ਜਿਹਦੇ 'ਚ ਕਿ ਏਸੀ ਠੀਕ ਕਰਨ ਵਾਲੀਆਂ ਤਾਰਾਂ ਪਲਾਸ ਕੁਛ ਨਾ ਕੁਛ ਤਾਂ ਸਮਾਨ ਉਹਦੇ ਕੋਲ ਹੋਊਗਾ ਹੀ ਨਾ। ਜਿਵੇਂ ਅਸੀਂ ਕਿਹਾ ਸੀ ਵੀ ਕੋਈ ਸਬਜ਼ੀ ਦੀ ਰੇਹੜੀ ਹੈ, ਜਿਹਨੇ ਸਬਜ਼ੀ ਲੱਦੀ ਹੈ ਉਹ ਸਬਜ਼ੀ ਵਾਲਾ ਤੁਰਿਆ ਜਾਂਦਾ। ਜੇ ਕਿਸੇ ਬੰਦੇ ਦੇ ਮੋਢੇ 'ਤੇ ਝੋਲਾ ਲਟਕਾਇਆ ਹੈਗਾ, ਇਲੈਕਟ੍ਰੀਸ਼ੀਅਨ ਕੋਲ ਝੋਲਾ ਹੁੰਦਾ ਹੈਗਾ, ਉਹਦੇ 'ਚ ਉਹਦਾ ਪਲਾਸ ਹੁੰਦਾ, ਹੋਰ ਸੰਦ ਸਮਾਨ ਹੁੰਦੇ ਨੇ, ਕੋਈ ਵੋਲਟਮੀਟਰ ਹੁੰਦਾ, ਕੋਈ ਗੈਸ ਹੁੰਦੀ ਹੈ, ਗੈਸ ਭਰਨ ਵਾਲਾ ਇੰਤਜ਼ਾਮ ਹੁੰਦਾ, ਕੋਈ ਨਾ ਕੋਈ ਐਸੀ ਚੀਜ਼ ਜਿਸ ਤੋਂ ਪਤਾ ਲੱਗੇ ਵੀ ਇਹ ਵਾਕਈ ਏਸੀ ਠੀਕ ਕਰਨ ਵਾਲਾ। ਪੁਲਿਸ ਫੋਰਸ ਨੂੰ ਅੱਜ CP ਸਾਹਿਬ ਇੱਥੋਂ ਹੀ ਆਦੇਸ਼ ਕਰ ਦੇਣਗੇ। ਔਰ ਅਸੀਂ ਇਹ ਬੰਦੇ ਜਿਹੜੇ ਘਰਾਂ 'ਚ ਠੀਕ ਕਰਨ ਜਾਂਦੇ, ਐਵੇਂ ਕੋਈ ਪਲੰਬਰ ਹੈ, ਮੰਨ ਲਓ ਪਲੰਬਰ ਨੇ ਘਰ ਕੋਈ ਚੀਜ਼ ਠੀਕ ਕਰਨ ਜਾਣੀ ਹੈ, ਉਹਦੇ ਕੋਲ ਕੋਈ ਰੈਂਚ ਹੋਊਗਾ, ਕੋਈ ਪਾਈਪ ਹੋਊਗੀ, ਕੋਈ ਜੁਆਇੰਟ ਹੋਊਗਾ, ਕੋਈ ਐਸਾ ਸਮਾਨ ਅਗਰ ਉਹਦੇ ਕੋਲ ਹੈ ਵੀ ਉਹ ਕੋਈ ਜ਼ਰੂਰੀ ਸੇਵਾ ਦੇਣ ਜਾ ਰਿਹਾ, ਅਸੀਂ ਕੋਈ ਕੰਮ 'ਚ ਵਿਘਨ ਨਹੀਂ ਪਾਉਣਾ ਚਾਹੁੰਦੇ। ਪਰ ਇਹਦੇ ਨਾਲੋਂ ਨਾਲ ਜਦੋਂ ਇਹ ਛੋਟ ਮਿਲ ਜਾਂਦੀ ਹੈ, ਆਪਾਂ ਸਾਰਿਆਂ ਨੂੰ ਬਾਹਰ ਜਾਣ ਦੀ ਛੋਟ ਮਿਲ ਜਾਂਦੀ ਹੈ, ਇੱਕ ਮੈਂ ਤੁਹਾਨੂੰ ਇਹ ਵੀ ਐਡਵਾਈਸ ਕਰਦਾ ਕਿ ਵੀ ਜਿਹੜੇ ਵੀਰ ਮੇਰੇ ਘਰੋਂ ਘਰੀ ਜਾ ਕੇ ਇਹ ਚੀਜ਼ਾਂ ਠੀਕ ਕਰਨਗੇ, ਜਦੋਂ ਇਹ ਘਰ 'ਚ ਜਾਣ ਸੈਨੇਟਾਈਜ਼ਰ ਲੈ ਕੇ ਜਾਣ, ਘਰ ਦੇ ਜਿਹਦੇ ਕੁੰਡੇ ਕਬਜ਼ੇ ਜਦੋਂ ਇਹਨਾਂ ਨੇ ਵਾਰ ਵਾਰ ਕਮਰੇ 'ਚ ਜਾਣਾ, ਇਕੱਲੀ ਇਕੱਲੀ ਚੀਜ਼ 'ਤੇ ਕਰੋਨਾ ਜਾ ਸਕਦਾ, ਘਰ 'ਚ ਐਂਟਰ ਕਰਨ ਤੋਂ ਪਹਿਲਾਂ ਇਹ ਸੈਨੇਟਾਈਜ਼ ਕਰਨ, ਉਹ ਘਰ ਦੀ ਜਿਹੜੀ ਸੁਹਾਣੀ ਹੈਗੀ ਹੈ, ਜਦੋਂ ਤੁਹਾਡੇ ਘਰ ਕੋਈ AC ਵਾਲਾ ਆਉਂਦਾ, ਕੋਈ ਰੈਂਚ ਨਾਲ ਜਿਹੜਾ ਕੋਈ ਪਲੰਬਰ ਆਉਂਦਾ ਹੈਗਾ, ਕੋਈ ਬਿਜਲੀ ਦਾ ਕੁਛ ਠੀਕ ਕਰਨ ਆਉਂਦਾ, ਉਹਨੂੰ ਪੋਲਾਈਟਲੀ ਕਹੋ, ਘਰ ਤੁਹਾਡੇ ਸਾਬਣ ਪਈ ਹੁੰਦੀ ਹੈ ਉਹਨੂੰ ਕਹੋ ਵੀ ਭਾਈ ਆਪਦੇ ਹੱਥ ਧੋ ਕੇ ਫਿਰ ਐਂਟਰ ਕਰ, ਕਿਉਂਕਿ ਜਿਹੜੇ ਕਮਰੇ 'ਚ ਜਾਊਗਾ ਉਹ ਜਦੋਂ ਕੁੰਡੇ ਕਬਜ਼ੇ ਛੇੜੂਗਾ ਉੱਥੇ ਵੀ ਕਰੋਨਾ ਆ ਸਕਦਾ। ਇਹ ਮੈਂ ਕੰਮ ਆਪਾਂ ਕਰਾਉਣਾ, ਚੀਜ਼ਾਂ ਵੀ ਠੀਕ ਕਰਾਉਣੀਆਂ, ਕੋਈ ਤੰਗੀ 'ਚ ਨਹੀਂ ਰਹਿਣਾ ਵੀ AC ਨਹੀਂ ਠੀਕ ਕਰਾਉਣਾ, ਬੁਲਾਉਣ 'ਚ ਬੰਦੇ ਨੂੰ ਕੋਈ ਹਰਜ ਨਹੀਂ ਹੈਗਾ, ਬਟ ਉਹਦੇ ਹੱਥ ਧਵਾਓ, ਔਰ ਜਦੋਂ ਚਲੇ ਜਾਂਦਾ ਤੁਸੀਂ ਆਪਦੇ ਕਮਰੇ ਨੂੰ ਜਿਹੜਾ ਹੈਗਾ ਪ੍ਰੋਪਰ ਪੋਚਾ ਪੁੱਛਾ ਲਾ ਲਓ ਸਰਫ ਵਾਲਾ, ਕਿਉਂਕਿ ਸਰਫ ਜਾਂ ਸਾਬਣ ਨਾਲ ਵੀ ਇਹ ਕਰੋਨਾ ਰਹਿੰਦਾ ਨਹੀਂ। ਅੱਛਾ, ਜਿਹੜੇ ਮੇਰੇ ਵੀਰ ਇਹ ਕੰਮ ਕਰਨਗੇ, ਜਿਹੜੇ ਵਿਚਾਰੇ AC ਠੀਕ ਕਰਨ ਜਾਣਗੇ ਘਰਾਂ ਘਰਾਂ 'ਚ, ਅਸੀਂ ਉਹਨਾਂ ਦਾ ਵੀ ਧਿਆਨ ਰੱਖਣਾ, ਇਲੈਕਟ੍ਰੀਸ਼ੀਅਨ ਦਾ ਵੀ ਰੱਖਣਾ। ਉਹਨਾਂ ਦੇ ਲਈ ਮੇਰੀ ਇੱਕ ਸਲਾਹ ਇਹ ਹੈਗੀ ਹੈ ਵੀ ਜਦੋਂ ਤੁਸੀਂ ਇੰਨੀ ਮਿਹਨਤ ਕਰਕੇ ਸ਼ਾਮ ਨੂੰ ਘਰ ਜਾਂਦੇ ਹੋ, ਇਹ ਤਾਂ ਤੁਸੀਂ ਬੰਦੇ ਹੈਗੇ ਹੋ ਜਾਣ ਸਾਰ, ਪਹਿਲਾਂ ਆਪਣੇ ਪਰਿਵਾਰ ਜਾਂ ਬੱਚਿਆਂ ਨੂੰ ਨਹੀਂ ਮਿਲਣਾ, ਸਾਰੇ ਕੱਪੜੇ ਜਿਹੜੇ ਹੈਗੇ ਆ ਘਰਦਿਆਂ ਨੇ ਤੁਹਾਡੇ ਪਹਿਲਾਂ ਸਰਫ ਭਿਗੋਇਆ ਹੋਵੇ ਇੱਕ ਬਾਲਟੀ 'ਚ, ਜਾਣ ਸਾਰ ਸਾਰੇ ਜਿਹੜੇ ਕੱਪੜੇ ਹੈ ਉਹ ਆਪਦੇ ਸਿੱਧੇ ਤੁਸੀਂ ਬਾਥਰੂਮ 'ਚ ਜਾਣਾ, ਸਾਰੇ ਦੇ ਸਾਰੇ ਕੱਪੜੇ ਆ ਜਿਹੜੇ ਸਰਫ 'ਚ ਭਿਉਂ ਦੇਣੇ ਆ, ਨਾਲ ਦੀ ਨਾਲ ਘਰ ਜਾ ਕੇ ਰਾਤ ਨੂੰ ਕਿੰਨਾ ਹੀ ਟਾਈਮ ਹੋ ਜਾਵੇ ਨਹਾ ਧੋ ਕੇ ਫਿਰ ਜਾ ਕੇ ਆਪਦੀ ਰੋਟੀ ਖਾਣੀ ਹੈ, ਆਪਦੇ ਬੱਚਿਆਂ ਨੂੰ ਮਿਲਣਾ। ਜੇ ਆਪਾਂ ਇਹ ਕੰਮ ਕਰਾਂਗੇ, ਜੇ ਆਪਾਂ ਇਹ ਇਹਤਿਆਤ ਨਹੀਂ ਵਰਤਾਂਗੇ, ਤੁਸੀਂ ਦਿਨ 'ਚ 100 ਘਰਾਂ 'ਚ ਜਾਣਾ, ਇੱਕ ਘਰ 'ਚ ਤੁਸੀਂ ਕਰੋਨਾ ਲੈ ਲਿਆ ਉਹ 100 ਘਰਾਂ 'ਚ ਫੈਲ ਜਾਣਾ, ਫਿਰ ਆਪਾਂ ਸੁਪਰ ਸਪਰੈਡਰ ਵੀ ਬਣ ਸਕਦੇ ਹਾਂ। ਇਵੇਂ ਜਿੱਕਰ ਜਿਹੜੇ ਦੁਕਾਨਦਾਰ ਹੈਗੇ ਨੇ ਵਾਰ ਵਾਰ ਆਪਦੇ ਹੱਥ ਕਰੀ ਜਾਣ ਸਾਫ, ਉਹਨਾਂ ਕੋਲ ਕੋਈ ਮੰਨ ਲਓ ਕੋਈ ਕਿਸੇ ਦੁਕਾਨਦਾਰ ਨੂੰ ਹੀ ਇਹ ਗੱਲ ਹੋ ਜੇ, ਉਹਨੇ ਰੂਹ ਅਫਜ਼ੇ ਦੀ ਬੋਤਲ ਨੂੰ ਹੱਥ ਲਾਉਣਾ, ਉਹਨੇ ਚੀਨੀ ਪਾ ਕੇ ਦੇਣੀ ਹੈ, ਉਹਨੇ ਹੋਰ ਸਮਾਨ ਪਾ ਕੇ ਦੇਣਾ, ਉਹ ਤਾਂ ਸਪਰੈਡ ਕਰ ਸਕਦਾ। ਪਰ ਇਹੀ ਦੁਕਾਨਦਾਰ ਦੇ ਹਰ ਅੱਧੇ ਘੰਟੇ ਬਾਅਦ ਆਪਦੇ ਹੱਥ ਧੋਈ ਜਾਣ, ਨਾ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ। ਜੇ ਤੁਹਾਡੀ ਦੁਕਾਨ ਦੇ ਬਾਹਰ ਕੋਈ ਬੰਦੇ ਭੀੜ ਲਾਉਂਦੇ ਹੈ ਤਾਂ ਉਹਨਾਂ ਨੂੰ ਵੀ ਇਹ ਬੇਨਤੀ ਕਰੋ, ਰਿਕੁਐਸਟ ਕਰੋ, ਜੇ ਕੋਈ ਤੁਹਾਡੇ ਨਾਲ ਮਿਸਬਿਹੇਵ ਕਰਦਾ ਹੈਗਾ, ਤੁਹਾਡੇ ਕਹੇ ਦੇ ਬਾਵਜੂਦ ਸੋਸ਼ਲ ਡਿਸਟੈਂਸਿੰਗ ਨਹੀਂ ਕਰਦਾ, ਨੇੜੇ ਦੇ ਥਾਣੇ 'ਚ ਕਹੋ। ਬਸ ਇਹੀ ਮੇਰੀਆਂ ਬੇਨਤੀਆਂ ਨੇ ਕਿ ਆਪਦਾ ਧਿਆਨ ਰੱਖੋ, ਔਰ ਇਹਨਾਂ ਛੋਟਾਂ ਦੇ ਵਿੱਚ ਵੀ ਛੋਟਾਂ ਨੂੰ ਮਾਣਦੇ ਹੋਏ ਵੀ ਆਪਾਂ ਆਪਦੇ ਆਪ ਨੂੰ ਸਿਹਤਮੰਦ ਰੱਖੀਏ। ਧੰਨਵਾਦ।